ਭਾਰਤ ਦੀ ਸੰਸਦ ਦੇ ਉੱਪਰਲੇ ਸਦਨ ਰਾਜ ਸਭਾ ਨੇ ਅੱਜ ਮੁਸਲਿਮ ਪਰੰਪਰਾ ਵਿੱਚ ਸ਼ਾਮਿਲ ਤੀਰੇ ਤਲਾਕ ਨੂੰ ਅਪਰਾਧਿਕ ਜੁਰਮ ਬਣਾਉਣ ਦਾ ਬਿੱਲ ਪਾਸ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਹੇਠਲੇ ਸਦਨ ਲੋਕ ਸਭਾ ਵਿੱਚ ਇਹ ਬਿੱਲ ਪਾਸ ਹੋ ਚੁੱਕਿਆ ਹੈ। ਰਾਜ ਸਭਾ ਵਿੱਚ ਅੱਜ ਇਸ ਬਿੱਲ 'ਤੇ ਪਈਆਂ ਵੋਟਾਂ ਵਿੱਚ 99 ਵੋਟਾਂ ਬਿੱਲ ਦੇ ਹੱਕ ਵਿੱਚ ਭੁਗਤੀਆਂ ਅਤੇ 84 ਵੋਟਾਂ ਬਿੱਲ ਦੇ ਵਿਰੋਧ ਵਿੱਚ ਭੁਗਤੀਆਂ ਸਨ। ਭਾਰਤ ਵਿੱਚ ਘੱਟ ਗਿਣਤੀ ਦੇ ਇੱਕ ਹਮਲੇ ਵਾਂਗ ਵੇਖੀ ਜਾ ਰਹੀ ਇਸ ਮੁਸਲਿਮ ਮਹਿਲਾ ਬਿੱਲ 2019 ਦੇ ਦੋਵੇਂ ਸਦਨਾਂ ਅੰਦਰ ਪਾਸ ਹੋਣ ਨਾਲ ਹੁਣ ਜੇ ਕੋਈ ਮੁਸਲਿਮ ਮਰਦ ਆਪਣੀ ਘਰਵਾਲੀ ਨੂੰ ਤੀਰਾ ਤਲਾਕ ਦਿੰਦਾ ਹੈ ਤਾਂ ਉਸ ਨੂੰ 3 ਸਾਲ ਤੱਕ ਜੇਲ੍ਹ ਦੀ ਸਜ਼ਾ ਹੋ ਸਕਦੀ ਹੈ। ਇਸ ਤੋਂ ਪਹਿਲਾਂ ਰਾਜ ਸਭਾ ਵਿੱਚ ਵਿਰੋਧੀ ਧਿਰ ਵੱਲੋਂ ਪ੍ਰਸਤਾਵ ਪੇਸ਼ ਕੀਤਾ ਗਿਆ ਕਿ ਇਸ ਬਿੱਲ ਨੂੰ ਰਾਜ ਸਭਾ ਚੋਣ ਕਮੇਟੀ ਕੋਲ ਭੇਜਿਆ ਜਾਵੇ, ਪਰ ਇਸ ਪ੍ਰਸਤਾਵ ਖਿਲਾਫ਼ 100 ਵੋਟਾਂ ਪਈਆਂ, ਜਦਕਿ ਹੱਕ ਵਿੱਚ 84 ਵੋਟਾਂ ਪਈਆਂ। ਬਿੱਲ 'ਤੇ ਹੋਈ ਵੋਟਿੰਗ ਵਿੱਚ ਬੀਜੂ ਜਨਤਾ ਦਲ ਨੇ ਬਿੱਲ ਦਾ ਸਮਰਥਨ ਕੀਤਾ, ਜਦਕਿ NDA ਸਰਕਾਰ ਵਿੱਚ ਭਾਈਵਾਲ ਜਨਤਾ ਦਲ ਅਤੇ ਆਲ ਇੰਡੀਆ ਅੰਨਾ DMK ਦੇ ਮੈਂਬਰ ਵੋਟਿੰਗ ਵਿੱਚ ਗੈਰ ਹਾਜ਼ਰ ਰਹੇ। ਇਸ ਮੌਕੇ ਸਮਾਜਵਾਦੀ ਪਾਰਟੀ ਦੇ ਬਹੁਜਨ ਸਮਾਜ ਪਾਰਟੀ ਦੇ ਕੁਝ ਮੈਂਬਰ ਵੀ ਗੈਰ ਹਾਜ਼ਰ ਰਹੇ, ਜਦਕਿ ਤੇਲੰਗਾਨਾ ਰਾਸ਼ਟਰ ਸਹਿਮਤੀ ਅਤੇ YSR ਕਾਂਗਰਸ ਪਾਰਟੀਆਂ ਦੇ ਮੈਂਬਰ ਵੀ ਵੋਟਾਂ ਮੌਕੇ ਗੈਰ ਹਾਜ਼ਰ ਰਹੇ। ਭਾਜਪਾ ਦੀ ਅਗਵਾਈ ਵਾਲੀ NDA ਸਰਕਾਰ ਲੋਕ ਸਭਾ ਵਿੱਚ ਸਾਰੇ ਬਿੱਲ ਆਪਣੇ ਬਹੁਮਤ ਦੇ ਜ਼ੋਰ 'ਤੇ ਪਾਸ ਕਰ ਰਹੀ ਹੈ, ਉੱਥੇ ਉਹ ਰਾਜ ਸਭਾ ਵਿੱਚ ਆਪਣੇ ਬਹੁਮਤ ਵਿੱਚ ਘਾਟ ਨੂੰ ਕੁਝ ਪਾਰਟੀਆਂ ਦੇ ਮੈਂਬਰਾਂ ਦੀ ਗੈਰ ਹਾਜ਼ਰੀ ਰਾਹੀਂ ਪੂਰਾ ਕਰ ਰਹੀ ਹੈ ਅਤੇ ਬਿੱਲ ਰਾਜ ਸਭਾ ਵਿੱਚ ਵੀ ਪਾਸ ਹੋ ਰਹੇ ਨੇ। ਧਿਆਨ ਦੇਣ ਵਾਲੀ ਗੱਲ ਹੈ ਕਿ ਇਹ ਗੈਰ ਹਾਜ਼ਰ ਵਾਲੀਆਂ ਪਾਰਟੀਆਂ ਉਹ ਹਨ ਜੋ ਰਾਜਨੀਤੀ ਵਿੱਚ ਭਾਜਪਾ ਵਿਰੋਧੀ ਜਾਣੀਆਂ ਜਾਂਦੀਆਂ ਨੇ। ਇਸ ਬਿੱਲ ਸੰਬੰਧੀ ਕਿਹਾ ਜਾ ਰਿਹਾ ਹੈ ਕਿ ਇਸ ਦੇ ਕਾਨੂੰਨ ਬਣਨ ਨਾਲ ਮੁਸਲਮਾਨਾਂ ਨੂੰ ਤੰਗ ਕਰਨ ਦਾ ਇੱਕ ਹੋਰ ਜ਼ਰੀਆ ਮੁਹੱਈਆ ਕਰਵਾਇਆ ਜਾ ਰਿਹਾ ਹੈ ਅਤੇ ਮੁਸਲਿਮ ਪਰਿਵਾਰ ਤਬਾਹ ਕਰਨ ਲਈ ਇੱਕ ਸੰਦ ਵਜੋਂ ਇਸ ਕਾਨੂੰਨ ਨੂੰ ਵਰਤਿਆ ਜਾਵੇਗਾ। ਬਿਊਰੋ ਰਿਪੋਰਟ, ਆਵਾਜ਼ ਕੌਮ TV।